ਸੁਣਿਆ ਤੋਂ ਇੱਕ ਗੈਂਗ ਸੀਗਾ ਜਿਹਦੇ ਜ਼ਿਆਦਾ ਸੰਗਰੂਰ ਮਲੇਰਕੋਟਲਾ ਦੇ ਪੁਰਾਣੇ ਕ੍ਰਿਮੀਨਲ ਸ਼ਾਮਿਲ ਸੀਗੇ। ਉਹ ਬਹੁਤ ਜ਼ਿਆਦਾ ਲੁੱਟਾਂ ਖੋਹਾਂ ਅਤੇ ਦੂਜੇ ਚੌਥੇ ਦਿਨ ਕੋਈ ਨਾ ਕੋਈ ਵਾਰਦਾਤ ਕਰਨ ਦਾ ਉਹਨਾਂ ਨੇ ਕਰੀ ਜਾਂਦੇ ਸੀ। ਤਾਂ ACP ਸਰਦਾਰ ਹਰਿਆਮ ਸਿੰਘ ਇੰਸਪੈਕਟਰ ਆਪਣੇ ਜਸਪਾਲ ਡਿਵੀਜ਼ਨ ਨੰਬਰ 4 ਦੇ ਇਹਨਾਂ ਨੇ ਆਪਣੇ ਸੋਰਸ ਵਗੈਰਾ ਕ੍ਰੀਏਟ ਕਰਕੇ ਇਹ ਜਿਹੜਾ 7 ਬੰਦਿਆਂ ਦਾ ਗੈਂਗ ਸੀਗਾ ਇਹਨੂੰ ਸਾਰਿਆਂ ਨੂੰ ਅਰੈਸਟ ਕੀਤਾ ਔਰ ਇਹਨਾਂ ਤੋਂ ਤਕਰੀਬਨ 4 ਕਾਰਾਂ, ਇੱਕ ਰਿਵਾਲਵਰ ਜਿਹੜਾ ਇਹਨਾਂ ਨੇ ਕਿਡਨੈਪਿੰਗ ਪਲੱਸ ਰਿਵਾਲਵਰ ਸਨੈਚ ਕੀਤਾ ਸੀਗਾ ਮਲੇਰਕੋਟਲੇ ਤੋਂ, ਇੱਕ ਕੱਟਾ ਦੇਸੀ ਔਰ ਇੱਕ ਏਅਰ ਪਿਸਟਲ। ਇਸ ਤੋਂ ਬਿਨਾਂ ਹੋਰ ਕਾਫੀ 14-15 ਵਾਰਦਾਤਾਂ ਨੇ ਜਿਹੜੀਆਂ ਰਿਕਵਰ ਕੀਤੀਆਂ ਨੇ। ਸਰ ਕਿੰਨੇ ਵਜੇ ਜੀ? 7 ਬੰਦੇ ਟੋਟਲ, 7 ਬੰਦਿਆਂ ਚੋਂ ਇੱਕ ਬੰਦਾ ਤਾਂ ਇਹ ਹੈ ਜਿਹਦੇ ਤੋਂ 16-17 ਕੇਸ ਦਰਜ ਨੇ ਸੰਗਰੂਰ, ਔਰ 2-3 ਇਸ ਤਰ੍ਹਾਂ ਦੇ ਨੇ ਜਿਹਨਾਂ ਦੇ 2-2, 3-3 ਮੁਕੱਦਮੇ ਹੈਗੇ ਨੇ। ਸਰ ਇਹਨਾਂ ਦੀ ਮੁਲਾਕਾਤ ਕਿੱਦਾਂ ਹੋਈ ਸਰ? ਇਹ ਇੱਕ ਦੂਜੇ ਨੂੰ ਕੁਛ ਇੱਕ ਦੋ ਦੀ ਜੇਲ੍ਹ 'ਚ ਜ਼ਿਆਦਾ ਇਹਨਾਂ ਦੀ ਮੋਡਸ ਪਰੈਂਡੀ ਇਹ ਹੁੰਦੀ ਸੀ ਵੀ ਸਨੈਚ ਕਰਦੇ ਸੀ ਵਹੀਕਲ ਔਰ ਨੇੜੇ ਕਿਤੇ ਬੰਨਣ ਦੀ ਜਗ੍ਹਾ 'ਤੇ ਉਹਨੂੰ ਲੁਕੋ ਦਿੰਦੇ ਸੀ, ਫਿਰ 10 ਦਿਨਾਂ ਬਾਅਦ ਉਹਨੂੰ ਚੱਕ ਕੇ ਲੈ ਕੇ ਜਾਂਦੇ ਸੀ। ਸਰ ਇਹਨਾਂ ਨੇ ਕਿਹੜੀ ਕਿਹੜੀ ਜਗ੍ਹਾ 'ਤੇ ਵਾਰਦਾਤਾਂ ਕੀਤੀਆਂ ਹੋਈਆਂ? ਇਹ ਜ਼ਿਆਦਾ ਵਾਰਦਾਤਾਂ ਇਹਨਾਂ ਨੇ ਸੰਗਰੂਰ, ਮਲੇਰਕੋਟਲਾ, ਰਾਜਪੁਰਾ, ਬਿਆਸ, ਲੁਧਿਆਣਾ ਇਹ ਏਰੀਆ ਸੀਗਾ ਜਿੱਥੇ ਇਹ ਓਪਰੇਟ ਕਰ ਰਹੇ ਸੀਗੇ। ਅਤੇ ਹੁਣ 7 ਦੇ 7 ਅਰੈਸਟ ਹੋ ਗਏ। ਸਾਰਾ ਸਮਾਨ ਜੋ ਇਹਨਾਂ ਨੇ ਹੁਣ ਤੱਕ ਪਿਛਲੇ 1.5-2 ਸਾਲ 'ਚ ਕੀਤਾ ਸੀ ਉਹ ਸਾਰਾ ਟਰੇਸ ਹੋ ਗਿਆ, ਰਿਕਵਰ ਵੀ ਕਰ ਲਿਆ। ਪ੍ਰਵਾਸੀ ਵੀ ਹੈ? ਨਹੀਂ, ਇਹ ਸਾਰੇ ਆਪਣੇ ਲੋਕਲ ਨੇ। ਇਹ ਆਪਣੇ ACP ਸਰਦਾਰ ਬਰਿਆਮ ਸਿੰਘ ਅਤੇ ਇੰਸਪੈਕਟਰ ਜਸਪਾਲ ਸਿੰਘ ਦੀ ਬਹੁਤ ਵੱਡੀ ਕਾਮਯਾਬੀ ਆ ਜਿਹੜਾ ਇੰਨੇ ਵੱਡੇ ਜਿਹੜੇ ਕ੍ਰਿਮੀਨਲ ਨੇ ਉਹਨਾਂ ਦਾ ਸਫਾਇਆ ਕੀਤਾ ਇਹਨਾਂ ਨੇ। ਹੁਣ ਇਹਨਾਂ ਦਾ ਰੁਮਾਲ ਲੈ ਕੇ ਕਿੱਥੋਂ ਵੈਪਨ ਲਿਆਂਦਾ, ਹੋਰ ਕੀ ਕੁਛ ਇਹਨਾਂ ਨੇ ਕੀਤਾ, ਕਿੱਥੇ ਵੇਚਿਆ ਕੁਛ, ਉਹ ਸਾਰਾ ਕਰਾਂਗੇ, ਉਹ ਫਿਰ ਤੁਹਾਨੂੰ ਫਰਦਰ ਦੱਸ ਦਿਓ।